ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ। ਅੱਜ ਦੀ ਇਸ ਵੀਡੀਓ ਵਿੱਚ ਅੱਜ ਤੁਸੀਂ ਤਲਾਬ ਦੇਖ ਰਹੇ ਹੋ। ਆਫਟਰ ਇਹ ਜੋ ਪੇਂਟ ਜੋਬ ਤੋਂ ਬਾਅਦ ਹੈ, ਜਿਵੇਂ ਇਹਨੂੰ ਖਾਲੀ ਕੀਤਾ ਨੀਚੇ ਕਾਫੀ ਟਾਈਮ ਤੋਂ, ਜੈਸੇ ਸਾਫ਼ ਨਹੀਂ ਕਰਾ ਥਾ ਤੋ ਵੋ ਇਸਕੇ ਅੰਦਰ ਜੈਸੇ ਮਿੱਟੀ ਗੋਬਰ ਜ਼ਿਆਦਾ ਤੋਂ ਨਹੀਂ ਬੈਠਤਾ, ਲੇਕਿਨ ਜੋ ਰੇਤਾ ਬੋਰਿੰਗ ਕੇ ਥਰੂ ਆਤੀ ਹੈ, ਜੋ ਟਿਊਬਵੈੱਲ ਕੀ ਰੇਤਾ ਨੀਚੇ ਸੇ ਆਤੀ ਹੈ, ਵੋ ਬੈਠ ਜਾਤੀ ਅੰਦਰ, ਵੋ ਬਾਹਰ ਨਹੀਂ ਨਿਕਲਤੀ। ਤੋ ਉਸਕੋ ਨਿਕਾਲਨੇ ਕੇ ਲੀਏ ਖਾਲੀ ਕਰਾ ਥਾ, ਔਰ ਉਸਕੇ ਬਾਅਦ ਪੇਂਟ ਕਰਕੇ ਔਰ ਸਰਪੰਚ ਸਾਹਿਬ ਦੁਆਰਾ ਇਸੇ ਬਹੁਤ ਅੱਛਾ ਪੇਂਟ ਖੁਦ ਹੀ ਉਹਨਾਂ ਨੇ ਕਰਾ ਹੈ, ਔਰ ਕਰਕੇ ਦੁਬਾਰਾ ਯੇ ਐਨੀਮਲ ਛੋੜੇਂਗੇ, ਆਪ ਦੇਖ ਸਕਤੇ ਹੋ। ਔਰ ਜਬ ਐਨੀਮਲ ਅੰਦਰ ਜਾਤਾ ਯੇ ਓਵਰਫਲੋ ਯਹਾਂ ਸੇ ਨਿਕਲ ਜਾਤਾ ਹੈ, ਤੋ ਆਪ ਦੇਖ ਸਕਤੇ ਹੋ ਨਾ ਪਾਣੀ ਬਾਹਰ ਜਾ ਰਹਾ ਹੈ। ਔਰ ਐਨੀਮਲ ਅੱਛਾ ਇੰਜੋਏ ਕਰ ਰਹੇ ਹੈ ਕਾਫੀ ਟਾਈਮ ਬਾਅਦ, ਕਿਉਂਕਿ ਇੱਕ ਮਹੀਨਾ ਲੱਗਿਆ ਲਗਭਗ, ਪਹਿਲੇ ਤੋਂ ਖਾਲੀ ਕਰਾ ਫਿਰ ਅੱਛਾ ਸੁਖਾਇਆ ਇਸਕੋ ਅੱਛੀ ਤਰ੍ਹਾਂ, 20-22 ਦਿਨ ਬਾਅਦ ਇਸਕੋ ਜੈਸੇ ਕੋਈ ਦਰਾਰ ਥੀ ਜਾਂ ਕੋਈ ਖਰਾਬ ਪਾਰਟ ਥਾ ਉਸਕੋ ਜੈਸੇ ਰਿਪੇਅਰਿੰਗ ਕਰੀ ਗਈ, ਉਸਕੇ ਸੀਮੈਂਟ ਲਗਾਇਆ ਗਿਆ ਜੋ ਰਿਪੇਅਰਿੰਗ ਕਰੀ ਗਈ। ਔਰ ਇਸਮੇ ਦੇਖ ਸਕਤੇ ਹੋ ਅਬ ਕੋਈ ਵੀ ਗੰਦਗੀ ਨਹੀਂ ਹੈ ਅੰਦਰ, ਔਰ ਬਿਲਕੁਲ ਫਰਸ਼ ਅੰਦਰ ਤੱਕ ਦਿਖ ਰਿਹਾ ਹੈ ਆਪਕੋ। ਅਭੀ ਜੋ ਬੁੱਲ ਛੋੜੇ ਥੇ ਤੋ ਸੋਚਾ ਇੱਕ ਵੀਡੀਓ ਇਸ ਪਰ ਬਣਾ ਦੀ ਜਾਏ, ਤੋ ਤੁਸੀਂ ਇਹਨੂੰ ਵੇਖ ਸਕਦੇ ਹੋ ਨੀਚੇ ਤੱਕ ਕੋਈ ਵੀ ਗੰਦਗੀ ਨਹੀਂ ਹੈ। ਤੁਹਾਨੂੰ ਦੁਬਾਰਾ ਇੱਕ ਹੋਰ ਦਿਖਾਉਣਾ ਪਿੱਛੇ ਜਾ ਕੇ ਸਾਰਾ ਕਲੀਅਰ ਵਿਊ, ਔਰ ਜੋ ਐਨੀਮਲ ਹੈ ਕਾਫੀ ਵਧੀਆ ਇੰਜੋਏ ਕਰ ਰਹੇ ਨੇ। ਨੀਚੇ ਤੱਕ ਦੇਖ ਰਹੇ ਹੋ ਇਹ ਕਿੰਗ ਬੁੱਲ ਹੈ ਜੋ ਟੁੱਬੀ ਲਗਾ ਰਿਹਾ, ਡੁਬਕੀ ਲਗਾਤਾ, ਬਹੁਤ ਲੰਬਾ ਟਾਈਮ ਅੰਦਰ ਰਹਿ ਜਾਤਾ ਹੈ ਯੇ, ਖਲੀ ਕੀ ਤਰ੍ਹਾਂ ਹੀ ਬਿਲਕੁਲ, ਇਸਕੇ ਕਰੈਕਟਰ ਬਿਲਕੁਲ ਸੇਮ ਐਜ਼, ਇਸਕੀ ਹੈਬਿਟਸ ਵੀ ਸੇਮ ਹੀ ਹੈ। ਇਹ ਕਰਨਲ ਬੁੱਲ ਹੈ, ਇਹ ਦੇਖ ਸਕਤੇ ਹੋ ਆਪ, ਔਰ ਕੇਸਰ ਐਂਡ ਲਾਸਟ ਕੇ ਅੰਦਰ ਇਹ ਕੇਸਰ ਕੀ ਵੀਡੀਓ ਹੈ, ਜੋ ਨੋਰਮਲ ਵੀਡੀਓ ਇੱਕ ਬਣਾਈ ਹੈ ਥੋੜ੍ਹੀ ਬਹੁਤ ਇਸਕੀ ਇਨਫੋਰਮੇਸ਼ਨ ਦੇਣੇ ਕੇ ਲੀਏ, ਵੀ ਜੋ ਬੁੱਲਸ ਹੈ ਵੋ ਇੰਜੋਏ ਕਰ ਰਹੇ ਹੈ ਤਲਾਬ ਕੇ ਅੰਦਰ, ਜੋ ਇਸਕੀ ਡਿਮੈਂਸ਼ਨਸ ਹੈ ਵੋ ਮੈਂ ਇੱਕ ਅਲੱਗ ਵੀਡੀਓ ਕੇ ਅੰਦਰ ਕਈ ਲੋਗੋਂ ਨੇ ਪੁੱਛੀ ਥੀ, ਵੋ ਬਤਾ ਦੂੰਗਾ। ਥੈਂਕਸ, ਧੰਨਵਾਦ।